ਤਰਨ ਤਾਰਨ ਦੇ ਸੇਵਾ ਦੇਵੀ ਕਾਲਜ ਤੋਂ ਬਾਹਰ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਤੋਂ ਬਾਅਦ ਦੋਵੇਂ ਗੁੱਟਾਂ ਵੱਲੋਂ ਕਾਲਜ ਦੇ ਅੰਦਰ ਦਾਖਲ ਹੋ ਕੇ ਇੱਕ ਦੂਜੇ ਉੱਪਰ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਸ਼ਮਸ਼ੇਰ ਸਿੰਘ ਠੱਟੀਆਂ ਮਹਿਤਾ ਪਿੰਡ ਦਾ ਰਹਿਣ ਵਾਲਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਅਤੇ ਦੂਸਰਾ ਨਿਸ਼ਾਨ ਸਿੰਘ ਨਾਮਕ ਨੌਜਵਾਨ ਵੀ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਪੱਤਰਕਾਰਾਂ ਨੇ ਦੋਵਾਂ ਨੌਜਵਾਨਾਂ ਤੋਂ ਝਗੜੇ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਵੀ ਝਗੜੇ ਨਾਲ ਲੈਣ ਦੇਣ ਨਹੀਂ ਹੈ ਅਤੇ ਉਹ ਕਾਲਜ ਦੇ ਵਿਦਿਆਰਥੀ ਵੀ ਨਹੀਂ। ਇਸ ਬਾਰੇ ਜਦੋਂ ਵਿਦਿਆਰਥੀਆਂ ਅਤੇ ਸਟਾਫ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਨਫੋਰਮੇਸ਼ਨ ਆਈ ਸ਼ਮਸ਼ੇਰ ਸ਼ੇਰਾ ਇੰਜਰਡ ਆ, ਉਹ ਗੁਰੂ ਨਾਨਕ ਹੋਸਪਿਟਲ ਗੋਇੰਦਵਾਲ ਸਾਹਿਬ ਰੋਡ ਦੇ ਉੱਪਰ ਆ, ਉੱਥੇ ਦਾਖਲ ਆ। ਉਹਦੀ ਇੱਕ ਸਿੰਗਲ ਗੋਲੀ ਲੱਗੀ, ਉਹਦੇ ਬੈਕ ਤੋਂ ਲੱਗ ਕੇ ਅੱਗੇ ਨਿਕਲ ਗਈ, ਅਤੇ ਇੱਕ ਹੁਣ ਮੈਨੂੰ ਫੋਨ ਆਇਆ ਐਸ ਐਚ ਓ ਦਾ ਸਿਵਲ ਸਿਟੀ ਤੋਂ, ਜਿਹੜਾ ਦੂਜੀ ਧਿਰ ਦਾ ਇੱਕ ਨਿਸ਼ਾਨ ਕਲੇਅਰ ਆ, ਉਹ ਵੀ ਉਹਦੇ ਵੀ ਫਾਇਰ ਜਿਹੜੀ ਲੱਗੀ ਆ। ਪਰ ਉੱਥੇ ਜਿਹੜਾ ਸੇਵਾ ਦੇਵੀ ਕੋਲਜ ਦੇ ਅੰਦਰਲੇ ਪਾਸੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਜਾ ਕੇ, ਇਹ ਦੋਨੋਂ ਹੀ ਤਰ੍ਹਾਂ ਦੇ ਬੱਚੇ ਜਿਹੜੇ ਆ ਮੁੰਡੇ ਜਿਹੜੇ ਆ ਆਊਟਸਾਈਡਰ ਆ, ਕੋਲਜ ਦੇ ਸਟੂਡੈਂਟ ਨਹੀਂ ਆ। ਨੰਬਰ ਦੋ, ਜਿਹੜਾ ਉੱਥੇ ਸਿਰਫ ਇੱਕੋ ਹੀ ਮੁੰਡਾ ਇੰਜਰਡ ਹੋਇਆ ਸੀਗਾ, ਜਿਹੜਾ ਸ਼ਮਸ਼ੇਰ ਸ਼ੇਰਾ ਜਿਹੜਾ ਗੁਰੂ ਨਾਨਕ ਹੋਸਪਿਟਲ ਤੱਕ ਦਾ। ਹੁਣ ਦੂਜੇ ਤਾਂ ਵੈਰੀਫਾਈ ਕਰ ਰਹੇ ਵੀ ਉਹਨੂੰ ਕਿੱਥੋਂ ਗੋਲੀ ਲੱਗੀ। ਅਜੇ ਤੱਕ ਇਹ ਤਾਂ ਕਹਿੰਦਾ ਵੀ ਸਾਡੀ ਕੋਈ ਮਾੜੀ ਮੋਟੀ ਤੂਤੂ ਮੈਮ ਹੋਈ, ਬਾਕੀ ਡਿਟੇਲ 'ਚ ਉਹਦੀ ਸਟੇਟਮੈਂਟ ਲੈਂਦੇ ਫਿਰ ਦੱਸ। ਕੁਛ ਦੀ ਪਛਾਣ ਦੱਸਿਆ, ਉਹਨੇ ਨਾਮ ਦਿੱਤਿਆ ਉਹਨਾਂ ਦੇ, 307 ਆਈ ਪੀ ਸੀ, 307, 188, 148, 149 ਆਈ ਪੀ ਸੀ, ਨਾਲ 25, 27, 59, 58 ਲਾ ਕੇ ਐਫ ਆਈ ਆਰ ਦਰਜ ਕਰਨ ਜਾ ਰਹੇ ਹਾਂ, ਉਹਦੀ ਸਟੇਟਮੈਂਟ ਲਿਖ ਰਹੇ ਹਾਂ। ਹਾਂਜੀ, ਆ ਗਈ ਫੁਟੇਜ, ਆ ਗਈ ਫੁਟੇਜ ਤੋਂ ਆਈਡੈਂਟੀਫਾਈ ਕਰ ਰਹੇ ਹਾਂ। ਗੱਲ ਕੁਝ ਨਹੀਂ, ਇਹਨਾਂ ਦਾ ਕਿਸੇ ਨੇ ਝੂਠ ਬੋਲਿਆ ਕਿ ਤੁਹਾਡਾ ਟਾਈਮ ਚੁੱਕਦਾ ਹੈ, ਅਤੇ ਮੈਂ ਤਾਂ ਉੱਦਾਂ ਹੀ ਅਜੇ ਮੈਂ 5-6 ਦਿਨ ਬਾਹਰ ਹੋਇਆ ਮੈਂ, ਅਤੇ ਇਹਨਾਂ ਮੈਨੂੰ ਕਹਿੰਦਾ ਵੀ ਤੂੰ ਆ ਜਾਈ ਆਪਾਂ ਗੱਲ ਨਹੀਂ ਗੱਲ ਕਰ ਲਾਂਗੇ ਕਾਲਜ ਆ ਜੀ, ਮੈਂ ਅਜੇ ਆਇਆ ਇਹ ਸਾਰਾ ਗੋਲੀਆਂ ਮਾਰ ਲੱਗ ਪਿਆ ਗਿਆ। ਸਾਡੇ ਪਿੰਡ ਦੇ ਮੁੰਡੇ ਜਸਕਰਨ ਸੁਖਸ਼ੈਨ ਇਹਦਾ ਭਰਾ, ਅਤੇ ਇਹ ਗੁਰਵਿੰਦਰ ਆ ਮੁੰਡਾ ਸ਼ਿੰਗਾਰਪੁਰ ਦਾ, ਗਿੰਦਰ ਕਹਿੰਦੇ ਆ, ਅਤੇ ਇੱਕ ਮੁੰਡਾ ਨਸ਼ਹਿਰੇ ਵਾਲਾ ਠੱਠੀਆ ਮਹੰਤਾ। ਇਹਨਾਂ ਕੋਲ ਤਿਆਰ ਮੇਰੇ ਕਿ ਉਹ ਗੋਲੀਬਾਜੀ ਮੈਨੂੰ ਪਤਾ ਨਹੀਂ ਲੱਗਾ, ਮੈਂ ਡੇ ਪਿਆ। ਇਹ ਕਹਿੰਦੇ ਵੀ ਤੈਨੂੰ ਤੈਨੂੰ ਕੁੱਟਣ ਲਈ ਚੁੱਕਦੇ ਆ ਰੈਮ, ਇਹਨਾਂ ਝੂਠ ਮਾਰਿਆ ਕਿਸੇ ਨੇ ਨਾ, ਗੱਲ ਕੋਈ ਨਹੀਂ, ਅਤੇ ਇਹਨਾਂ ਨੂੰ ਕਹਿੰਦੇ ਵੀ ਝੂਠ ਹੀ ਮਾਰਿਆ, ਨਾ ਕੋਈ ਚੰਗਾ ਪ੍ਰੇਮ ਪਿਆਰ ਸੀ ਪਹਿਲਾਂ, ਇਹਨਾਂ ਨੂੰ ਕਹਿੰਦੇ ਝੂਠ ਹੀ ਮਾਰਿਆ। ਹਾਂਜੀ, ਅਤੇ ਇਹ ਮੈਨੂੰ ਇੱਦਾਂ ਮਿਲਿਆ, ਮੈਨੂੰ ਕਹਿੰਦਾ ਵੀ ਇੱਦਾਂ ਮੁੰਡੇ ਲੈ ਕੇ ਆਇਆ ਸੀ, ਅਤੇ ਮੈਂ ਤੁਸੀਂ ਤਾਂ ਆਪਣੇ ਭਰਾ ਦੇ ਆਪਾਂ ਕਿਹੜੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ, ਅਤੇ ਇਹਨਾਂ ਨੇ ਅੱਜ ਆਹ ਕੰਮ ਕਰਤਾ। ਮੈਨੂੰ ਕਹਿੰਦੇ ਕੋਈ ਨਹੀਂ, ਆ ਜੀ ਆਪਾਂ ਗੱਲ ਕਰ ਲਾਂਗੇ ਬਹਿ ਕੇ। ਨਹੀਂ, ਉਹਨਾਂ ਨੇ ਚਲਾਈਆਂ, ਮੇਰੇ ਤੋਂ ਕੁਝ ਹੈਗਾ ਨਹੀਂ। ਹਾਂਜੀ ਹਾਂਜੀ, ਮੈਂ ਇਕੱਲਾ ਹੀ ਕੀਤੀ, ਬੰਦ ਦੀ ਕਾਰਵਾਈ ਕੀਤੀ ਜਾਵੇ, ਇਹ 15-16 ਜਾਣੇ, ਬਾਕੀ ਮੈਨੂੰ ਨਾ ਨਹੀਂ ਨਾ ਬਾਕੀਆਂ ਦਾ ਪਤਾ। ਸਾਰੀ ਬਈ ਕਾਲਜ ਗਏ ਅਤੇ ਮੁੰਡੇ ਆਏ ਬਾਹਰ, ਉਹਨਾਂ ਗੋਲੀ ਚਲਾ ਦਿੱਤੀ ਅਤੇ ਸਾਹਮਣੇ ਖਲੋਤਾਂ ਗੋਲੀ ਮਾਰਦੇ ਨੇ। 8-9 ਜਣਿਆਂ ਨੇ ਸਾਂਦੀ ਉਹਨਾਂ ਦਾ, ਹਾਂ ਤਰਨ ਤਾਰ ਦੇ ਆ, ਅਤੇ ਇੱਕ ਤੋਂ ਆਪਣਾ ਕਰਨਾ ਹੈ, ਨਹੀਂ ਝਗੜਾ ਝਗੜਾ ਕੋਈ ਨਹੀਂ। ਹਾਂਜੀ, ਕੋਈ ਗੱਲ ਨਹੀਂ ਵੀਰੇ, ਕੋਈ ਚੱਕਰ ਨਹੀਂ ਵੀਰੇ, ਕੋਈ ਗੱਲ ਹੀ ਨਹੀਂ। ਹਾਂਜੀ, ਖਲੋਤਿਆਂ ਗੋਲੀ ਮਾਰਦੇ ਹਨ, ਹਾਂ ਹਾਂਜੀ ਹਾਂਜੀ, ਉਸੇ ਟਾਈਮ ਭੱਜ ਗਏ ਆ। ਹਾਂ, ਮੈਂ ਠੱਠੀਆਂ ਮਹੰਤਾਂ ਦਾ, ਨਹੀਂ ਪੜ੍ਹਦੇ ਨਹੀਂ ਰਹੇ ਮੁੰਡੇ ਯਾਰ ਦੋਸਤ ਆਪਣੇ, ਉਹਨਾਂ ਨੂੰ ਮਿਲ ਨਹੀਂ ਗਿਆ। ਹਾਂਜੀ ਹਾਂਜੀ, ਸਾਰਿਆਂ ਨੂੰ ਜਾਣਦਾ, ਹਾਂ ਇੱਕ ਤਾਂ ਆਪਣਾ ਮੇਨ ਦਿਖਾਉਂਦਾ ਹੀ ਆ, ਬਾਕੀ ਕਾਫੀ ਜਾਣਦੇ ਪਰ ਨਾਂ ਨਵਾਂ ਦਾ ਨਹੀਂ ਪਤਾ ਗਿਆ।